ਅੱਜਕੱਲ੍ਹ ਇਹਦਾ ਵਿਆਹ ਹੈ ਦੇਖੋ ਜੀ, ਇਹਨਾਂ ਦੇ ਦੋਸਤਾਂ ਨੂੰ ਨਾ ਪਤਾ ਲੱਗੇ ਦੀਪਿਓ ਨੂੰ ਪੰਗਾ ਕੁਛ ਨਾ ਕੁਛ ਕਰਦੇ ਰਹਿੰਦੇ ਨੇ। ਵਿਆਹ ਮਾਰਿਆ ਲੱਗੋ ਆ ਕਰ ਲਏ ਗਿਆ ਹੁਣ ਮੰਡਾ, ਇਹਦਾ ਮੈਂ ਪੱਥ ਦੂੰਗੀ, ਚੱਲ ਇਹ ਉਸ ਪੱਥੇ ਗਈ। ਓਹੋ ਇਦੋਂ ਮੈਂ ਤਾਂ ਘਰੇ ਵੀ ਖੜਾ, ਮੈਂ ਆਉਣਾ ਹੋਣਾਗਾ ਦੁਬਾਰਾ ਲਾ ਲਿਓ। ਨਾ ਮੇਰੇ ਮਾਂ ਬਾਪ ਮੈਨੂੰ ਮਿਲਣ ਆਏ ਨੇ, ਸੇਬ ਲੈ ਆਏ, ਕੇਲੇ ਲੈ ਆਏ, ਹੋਰ ਦੱਸ ਕੀ ਭਾਅ ਦਾ। ਸਾਡਾ ਖਾਨਦਾਨ ਸੇਬ ਕੇਲਿਆਂ ਦਾ ਭੁੱਖਾ ਨਹੀਂ ਹੈਗਾ, ਜੇ ਇਹ ਸਿਆਣੇ ਹੁੰਦੇ ਗੰਡੇ ਲੈ ਕੇ ਆਉਂਦੇ, ਚਾਹੇ ਅੱਧਾ ਕਿਲੋ ਲੈ ਆਉਂਦੇ, ਨਹੀਂ ਦੀਪਦੀ ਪੇਕੇ ਵਗ ਜਾਓ। ਕਾਲੀ ਤੈਨੂੰ ਸਾਰੇ ਛੜਾ ਛੜਾ ਕਿਉਂ ਕਹਿੰਦੇ ਨੇ? ਕਰਦੀ ਪੰਗਾ ਉਹ ਤਾਂ ਬਗਾ ਹੀ ਮਾਰਦੇ ਨਾ ਮੇਰੇ ਦੋਸਤ, ਇਸ ਤਰ੍ਹਾਂ ਘਟੀਆ ਨਾਲ ਦੇਖਣ ਚ ਤੂੰ ਲੱਗਦਾ ਜਿਵੇਂ 35-36 ਦਾ ਹੋ ਰਿਹਾ ਹੋਵੇ। ਕਿਸ ਤਰ੍ਹਾਂ ਕੀ ਤੋਂ ਇਹ ਤਾਂ ਬੋਰਡਰ ਨਾਲ ਲੱਗੀ, ਤਾਂ ਤੇਰੀ ਤਾਂ ਜ਼ਿੰਦਗੀ ਨਹੀਂ ਹੈ ਮੇਰੇ ਤੇ। ਜਿੰਨਾ ਚਿਰ ਤੇਰੇ ਪੇਪਰ ਚੱਲੇ ਮੈਂ ਤੈਨੂੰ ਜਮਾ ਨਹੀਂ ਠੋਕਿਆ, ਹੁਣ ਤਾਂ ਘਰ ਦੇ ਕੰਮ ਕਰਾ ਦਿਆ ਕਰ ਮੇਰੇ ਨਾਲ। ਪੜ ਪੜ ਕੇ ਦਿਮਾਗ ਹੱਲਣ ਵਾਲਾ ਹੋਇਆ ਪਿਆ ਮੇਰਾ, ਘੱਟੋ ਘੱਟ 2 ਦਿਨ ਰੈਸਟ ਤਾਂ ਕਰ ਲੈਣ ਦੇ, ਫੇਰ ਕਰਾ ਦਿਆ ਕਰੂ ਕੰਮ, ਜਮੀ ਨਹੀਂ ਤਰਸ ਕਰਦੀ ਮੇਰੇ ਤੇ। ਉਲਟੇ ਪਾਠ ਕਰ ਲਈਏ ਤਾਂ ਯਾਦ ਹੈ, ਪਾਠ ਕਰ ਲਈਏ ਤਾਂ ਆਜ਼ਾਦ ਕਰਾ। ਕਿਹੜਾ ਪਾਠ ਮੈਨੂੰ ਮੇਰਾ ਇਸ ਤਰ੍ਹਾਂ ਮੇਰੇ ਬਈ ਪਾਠ ਪੂਠ ਨਹੀਂ ਯਾਦ ਹੁੰਦੇ, ਮੈਂ ਤਾਂ ਫੋਟੋਆਂ ਦੇਖਣ ਵਾਲਾ ਉਕਲੀ ਆ। ਉਹ ਯਾਰ ਕਮਾਲ ਕਾ ਬੰਦੇ, ਤਾਂ ਜਮੀ ਦੀ ਪੜ੍ਹਾਈ ਵੱਲ ਧਿਆਨ ਹੈਗਾ, ਕਿਸ ਤਰ੍ਹਾਂ ਤੋਂ ਹੈ ਜੋਮਣਾ ਕਹਿ ਲੈ। ਹੋਰ ਫਿਰ ਹੋਰ ਕੀ ਕਰੂੰ ਤੇਰਾ, ਮੈਂ ਮੇਰੇ ਬਾਪੇ ਨੂੰ ਬੁਲਾ ਲਿਆ ਮੈਂ, ਤੇਰੀ ਮੇਰੇ ਤਾਂ ਕੰਮ ਯਾਦ ਆ ਕੇ ਜਾਊ ਫਿਰ ਮੈਂ ਚੰਗਾ। ਅਰੇ ਕਿੱਦਾਂ ਟੱਪ ਗਿਆ ਬੇਟਾ ਟਾਈਮ ਦੇ, ਫਿਰ ਮੈਨੂੰ ਕਹਿੰਦੇ ਗਿਫਟ ਦੇ ਗਿਆ, ਪਿਛਲੇ ਸਾਲ ਵੀ ਲੁੱਕ ਗਿਆ। ਕਾਲੇ ਓਏ ਸੈਂਟਾ ਕਲੌਜ਼ ਇੱਧਰ ਦੇਖਾ, ਮੈਂ ਇੱਧਰ ਖੜੇ ਹੂੰ, ਆ ਰਹਿ ਤੇਰੇ ਇਹ ਹਾਲ ਹੈ ਫਿਰ ਗਿਫਟ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਸਹਾਰੇ ਨਾ ਬੈਠੇ ਰਹੋ ਬਰੇਟਿਆਂ ਵਾਲੇ, ਉਹ ਫਾਟਕਾਂ ਤੇ ਪੁਲ ਮੈਂ ਬਣਾਉਂਗਾ, ਮੈਂ ਕੈਨੇਡਾ ਦਾ ਪ੍ਰਧਾਨ ਮੰਤਰੀ ਲਿਖੋ, 10 ਬੋਰੀਆਂ ਸਮਿੰਟ ਦੀਆਂ, 15 ਪੀਪੇ ਬਾਜਰੀ ਦੇ, 15 ਬਰੇਤੀ ਦੇ, 20 ਕਿਲੋ ਸਰੀਆ, ਕਰੋ ਕੰਮ ਸ਼ੁਰੂ। ਬਰੇਟੇ ਦੇ ਲੋਕ ਐਂ ਕਹਿੰਦੇ ਨੇ ਵੀ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਬਰੇਟੇ ਫਾਟਕ ਤੇ ਪੁਲ ਬਣਾਊਗਾ, ਠੀਕ ਹੈ ਗੱਲ? ਕਾਹਨੂੰ ਐ ਨੀ ਕਿਹਾ ਸੀ, ਮੈਂ ਕਿਹਾ ਸੀ ਵੀ ਜਿੱਦੇ ਪੁਲ ਬਣ ਗਿਆ ਉਦੇ ਅਸੀਂ ਪੀਲੇ ਚੌਲਾਂ ਦਾ ਲੰਗਰ ਲਾ ਦਾਂਗੇ, ਇਹ ਕਿਹਾ ਸੀ ਮੈਂ।